ਕਿ ਅਸੀਂ ਉਹ ਸਿੱਧੂ ਮੂਸੇ ਵਾਲੇ ਦੇ ਜਿਹੜਾ ਬੜਾ ਹੀ ਦਰਦਨਾਕ ਤੇ ਜ਼ਾਲਮਾਨਾ ਕਤਲ ਕੀਤਾ ਗਿਆ ਹੈ ਆਪਣੇ ਸਰਦਾਰ ਭਰਾਵਾਂ ਦੇ ਅਸੀਂ ਗੰਦੇ ਬਰਾਬਰ ਦੇ ਸ਼ਰੀਕ ਆ ਪਾਕਿਸਤਾਨੀ ਆਲਮ علامه 나ਸਰ हुसैन ਮਦਨੀ ਸਾਹਿਬ ਨੇ ਸਿੱਧੂ ਮੂਸੇ ਵਾਲੇ ਦੀ ਮੌਤ ਤੇ ਆਪਣੇ ਦੁੱਖ ਦਾ ਅਜ਼ਹਾਰ ਕੀਤਾ ਵੈ ਸੋ ਚੱਲ ਕੇ ਵੀਡੀਓ ਦੇਖਨੇ ਆ ਇਸ ਬਾਰੇ ਜਾਣਨੇ ਮੇਰੇ ਚਾਨ ਮੇਰੇ ਮੱਖਣ ਮੇਰੀ ਮਲਾਈ ਲੈਂਦੇ ਚੜਦੇ ਪੰਜਾਬ ਦੇ 16 ਕਰੋੜ ਪੰਜਾਬੀਓ ਤੇ ਪੂਰੀ ਦੁਨੀਆ ਦੇ 8 ارب ਇਨਸਾਨੋਂ 8 ارب ਦੀ ਆਬਾਦੀ ਹੈ ਪੂਰੀ ਦੁਨੀਆ 'ਚ ਤੇ ਸਾਰਿਆਂ ਦੇ ਨਾਂ ਅੱਜ ਮੇਰਾ ਬੜਾ ਦੁਖੀ ਦਿਲ ਨਾਲ ਪੇਗਾਮ ਹੈ ਕਿ ਸਿੱਧੂ ਮੂਸੇਵਾਲਾ ਜਿਸ ਨੇ ਆਪਣੇ ਲੋਕਾਂ ਦੇ ਹੱਕ ਵਾਸਤੇ ਆਵਾਜ਼ ਬੁਲੰਦ ਕੀਤੀ ਕਿਸਾਨਾਂ ਤੇ ਜ਼ਿਮੀਦਾਰਾਂ ਦੇ ਵਾਸਤੇ ਆਵਾਜ਼ ਬੁਲੰਦ ਕੀਤੀ ਇੱਕ ਮਾਂ ਦਾ ਪੁੱਤਰ ਸੀ ਉਸਦੇ ਮਾਈ ਬਾਪ ਨੇ ਪਤਾ ਨਹੀਂ ਕਿੰਨੀਆਂ ਮਿਹਨਤਾਂ ਤੇ ਜੋਖਾਂ ਨਾਲ ਤੇ ਕਿੰਨੇ ਵਖਤਾ ਨਾਲ ਉਹ ਪੁੱਤਰ ਪਾਲਿਆ ਬੇਸ਼ੱਕ ਬਿਲਕੁਲ ਤੇ ਪਤਾ ਨਹੀਂ ਕਿਹੜੇ ਕਿਹੜੇ ਖਾਬ ਵੇਖ ਕੇ ਉਸ ਪੁੱਤਰ ਦੇ ਉਹਨੂੰ ਜਵਾਨ ਕੀਤਾ ਤੇ ਮਾਰਨ ਵਾਲੇ ਨੇ ਇੰਨਾ ਵੀ ਨਹੀਂ ਸੋਚਿਆ ਕਿ ਇਹਦੀ ਮਾਂ ਕਿਹੜੇ ਸਾਰੇ ਜ਼ਿੰਦਾ ਰਹਿਗੀ ਇਹਦਾ ਪਿਓ ਕੀ ਕਰੂਗਾ ਇਹਦੇ ਚਾਣ ਵਾਲਿਆਂ ਨੂੰ ਕਿੰਨਾ ਦੁੱਖ ਪਹੁੰਚੇਗਾ ਦੁਨੀਆ 'ਚ ਕਿਸੇ ਵੀ ਸ਼ੋਭੇ ਨਾਲ ਕੋਈ ਬੰਦਾ ਅਟੈਚ ਹਰ ਬੰਦੇ ਦਾ ਦੁਨੀਆ 'ਚ ਚਾਣ ਵਾਲੇ ਮੌਜੂਦ ਨੇ ਉਹਦੀਆਂ ਸਿਫਤਾਂ ਤੋਂ ਉਹਨੂੰ ਲੋਕ ਚਾਹੁੰਦੇ ਨੇ ਕੋਈ ਉਹਦੇ ਫਨ ਨਾਲ ਉਹਨੂੰ ਚਾਹੁੰਦੇ ਨੇ ਕੋਈ ਉਹਦੇ ਨਜ਼ਰੀਏ ਨਾਲ ਉਹਨੂੰ ਚਾਹੁੰਦੇ ਨੇ ਕੋਈ ਉਹਦੀ ਦਿਨਾਈ ਨਾਲ ਉਹਨੂੰ ਚਾਹੁੰਦੇ ਨੇ ਔਰ ਕੁਝ ਲੋਗ ਉਹਦੇ ਕਦ ਕਾਠ ਨਾਲ ਉਹਨੂੰ ਚਾਹੁੰਦੇ ਨੇ ਤੋਂ ਮੈਂ ਸਾਰੇ ਸਜਨਾ ਤੇ ਮਿੱਤਰਾਂ ਤੇ ਬੇਲੀਆਂ ਨੂੰ ਪੈਗਾਮ ਦਵਾਂਗਾ ਕਿ ਅਸੀਂ ਉਹ ਸਿੱਧੂ ਮੂਸੇ ਵਾਲੇ ਦੇ ਜਿਹੜਾ ਬੜਾ ਹੀ ਦਰਦਨਾਕ ਤੇ ਜ਼ਾਲਮਾਨਾ ਕਤਲ ਕੀਤਾ ਗਿਆ ਹੈ ਆਪਣੇ ਸਰਦਾਰ ਭਰਾਵਾਂ ਦੇ ਅਸੀਂ ਗੰਦੇ ਬਰਾਬਰ ਦੇ ਸ਼ਰੀਕ ਆ ਸਾਰੇ ਸਰਦਾਰਾਂ ਦੇ ਜਿਸ ਤਰ੍ਹਾਂ ਦਿਲ ਦੁਖੀ ਨੇ ਸਾਡੇ ਵੀ ਮੁਸਲਮਾਨਾਂ ਦੇ ਦਿਲ ਦੁਖੀ ਨੇ ਕਿ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਤੇ ਸਜਨਾ ਮੀਂ ਟਰ ਜਾਣਾ ਦੀਗਰ ਤੇ ਦਿਨ ਗਿਆ ਮੁਹੰਮਦ ਤੇ ਔਰਕ ਨੂੰ ਮੁੱਕ ਜਾਣਾ 8 ਅਰਬ ਦੇ ਇਨਸਾਨਾਂ ਨੂੰ ਮੇਰੀ ਪੀਲ ਕਿ ਦੁਨੀਆ ਦੇ ਕਿਸੇ ਕੋਨੇ ਤੇ ਵੀ ਇਨਸਾਨ ਦਾ ਕਤਲ ਹੋਵੇ ਤੇ ਉਹਦੀ ਮਜ਼ਮਤ ਕਰਿਆ ਕਰੋ ਇਨਸਾਨਾਂ ਦੇ ਨਾਲ ਇਨਸਾਨ ਖੜੇ ਹੋ ਜਾਣ ਕਰਨ ਦੁਨੀਆ ਤੇ ਕਿਸੇ ਵੀ ਜਗ੍ਹਾ ਤੇ ਕੋਈ ਮਜ਼ਲੂਮ ਨਾ ਜ਼ੁਲਮ ਹੋਵੇ ਤੇ ਜ਼ਾਲਿਮਾਂ ਦੇ ਖਿਲਾਫ ਖੜਾ ਹੋਣਾ ਚਾਹੀਦਾ ਮੈਂ ਆਪਣੇ ਸਾਰੇ ਚਾਣ ਵਾਲਿਆਂ ਨੂੰ ਤੇ ਆਪਣੇ ਸਾਰੇ ਵੇਖਣ ਵਾਲਿਆਂ ਨੂੰ ਇਹ ਪੇਗਾਮ ਦਵਾਂ कि किसी के किसे दे बच्चे ना जुलम हो अपने बच्चे ना जुलम समझ्या करो आलम अल्लाह की जंग शुरू हो जाती है तो साढ़े नबी करीम सल आसम एक जनाजा गुजरिया तो आपने खड़े हो गए किसी ने कहा जी ये गैर मज़हब का जनाजा है तो आपने फरमाया है तो इंसान है ना इस वास्ते हर इंसान की तुं जनाब जी इज्जत तो एहतराम करो ता कि लोग मुतासर होजहब तो मुतासर हो तो मैं अपने सारे जितने सरदार भरा ने ਖਾਸ ਕਰਕੇ ਸਿੱਧੂ ਮੂਸੇਵਾਲੇ ਦੀ ਮਾਂ ਨਾਲ ਸਿੱਧੂ ਮੂਸੇਵਾਲੇ ਦੇ ਬਾਪ ਨਾਲ ਔਰ ਉਹਨਾਂ ਦੇ ਸਾਰੇ ਜਿੰਨੇ ਦੁਨੀਆ ਦੇ ਉੱਤੇ ਜਨਾਬ ਜੀ ਚਾਣ ਵਾਲੇ ਸਭ ਦੇ ਨਾਲ ਹਜ਼ਾਰੇ ਤਜ਼ੀਏਤ ਕਰਨਾ ਹੈ ਔਰ ਉਹਨਾਂ ਦੇ ਗਮ ਦੇ ਨਾਲ ਬਰਾਬਰ ਦਾ ਸ਼ਰੀਕ ਆ ਔਰ ਮੈਂ ਪੇਗਾਮ ਦੇਣਾ ਹੈ ਕਿ ਸਾਰੀ ਦੁਨੀਆ ਦੀਆਂ ਸਰਕਾਰਾਂ ਨੂੰ ਜ਼ਾਲਮਾਂ ਨੂੰ ਕਟਾਰੇ ਚ ਲਿਆਉਣਾ ਚਾਹੀਦਾ ਹੈ ਦੁਨੀਆ ਦੇ ਕਿਸੇ ਮੁਲਕ 'ਚ ਵੀ ਕਿਸੇ ਨਾਲ ਜ਼ਿਆਤੀ ਹੋਵੇ ਤੇ ਜ਼ਾਲਮਾਂ ਨੂੰ ਫੌਰਨ ਜਨਾਬ ਕੈਫਰੇ ਕਰਦਾਰ ਤੱਕ ਪਹੁੰਚਾਉਣਾ ਚਾਹੀਦਾ ਹੈ ਇਸ ਵਾਸਤੇ ਮੇਰੇ ਜਿੰਨੇ ਸਾਰੇ ਚੜਦੇ ਪੰਜਾਬ ਦੇ ਚਾਣ ਵਾਲੇ ਲੈਂਦੇ ਪੰਜਾਬ ਦੇ ਪੂਰੀ ਦੁਨੀਆ ਤੇ ਸਭ ਨੂੰ ਮੇਰਾ ਪੈਗਾਮ ਹੈ ਕਿ ਤੁਸ ਇੱਕ ਪੰਜਾਬ ਦੀ ਬਹੁਤ ਬੜੀ ਆਵਾਜ਼ ਨੂੰ ਦਬਾ ਦਿੱਤਾ ਗਿਆ ਹੈ ਜਿਹੜਾ ਵੀ ਗੱਬਰੂ ਪੁੱਤ ਜਵਾਨ ਪੰਜਾਬ ਦਾ ਗੱਬਰੂ ਪੁੱਤ ਪੰਜਾਬ ਦਾ ਚੜਦੇ ਆਵਾਜ਼ ਤੇ ਉਹਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ ਤੇ ਜਿਹੜੀ ਵੀ ਆਵਾਜ਼ ਲੋਕਾਂ ਦੇ ਵਿੱਚ ਅਸਰ ਰੱਖੇ ਤੇ ਉਹਨੂੰ ਦਬਾ ਦਿੱਤਾ ਜਾਂਦਾ ਹੈ ਤੇ ਮੇਰਾ ਉਹਨਾਂ ਅੱਗੇ ਸਵਾਲ ਹੈ ਕਿ ਕੀ ਤੁਹਾਡੀ ਬਹਾਦਰੀ ਹੈ ਕਲਮ ਦਾ ਜਵਾਬ ਤੁਸੀਂ ਕਲਮ ਨਾਲ ਨਹੀਂ ਦਿੰਦੇ ਜ਼ਬਾਨ ਦਾ ਜਵਾਬ ਤੁਸੀਂ ਜ਼ਬਾਨ ਨਾਲ ਨਹੀਂ ਦਿੰਦੇ ਦਿਨਾਈ ਦਾ ਜਨਾਬ ਤੁਸੀਂ ਜਵਾ ਦਲਾਈ ਨਾਲ ਨਹੀਂ ਦਿੰਦੇ ਜਨਾਬ ਅਕਲ ਦਾ ਜਵਾਬ ਤੁਸੀਂ ਅਕਲ ਨਾਲ ਨਹੀਂ ਦਿੰਦੇ ਕਦ ਕਾਟ ਦਾ ਜਵਾਬ ਕਦ ਕਾਟ ਨਾਲ ਨਹੀਂ ਦਿੰਦੇ ਤੁਸੀਂ ਜਨਾਬ ਇਲਮ ਦਾ ਜਵਾਬ ਇਲਮ ਨਾਲ ਨਹੀਂ ਦਿੰਦੇ ਜਨਾਬ ਜੀ ਦੁਨੀਆ 'ਚ ਉੱਤੇ ਜਨਾਬ ਜੀ ਫੰਡ ਦਾ ਜਵਾਬ ਫੰਡ ਨਾਲ ਨਹੀਂ ਦਿੰਦੇ ਤੇ ਕੀ ਤੁਹਾਡੀ ਦੁਨੀਆਦਾਰੀ ਹੈ ਬਈ ਜ਼ੁਲਮ ਤੇ ਸਾਰੇ ਇਨਸਾਨ ਕਰ ਲੈਂਦੇ ਮੇਰੇ ਦੋਸਤੋ ਮੇਰੇ ਬਜ਼ੁਰਗੋ ਦੁਨੀਆ 'ਚ ਕਿਸੇ ਵੀ ਮਜ਼ਬਦ ਦਾ ਬੰਦਾ ਹੈ ਉਹ ਆਪਣੀ ਅਗਰ ਆਵਾਜ਼ ਦੇ ਨਾਲ ਆਪਣੇ ਕਿਸੇ ਫਨ ਦੇ ਨਾਲ ਸ਼ੌਹਰਤ ਪਾਉਂਦਾ ਹੈ ਉਹਦੀ ਮਾਂ ਹੈ ਉਹਦਾ ਪਰਿਵਾਰ ਹੈ ਉਹਦੇ ਬੱਚੇ ਨੇ ਉਹਦਾ ਖਾਨਦਾਨ ਹੈ ਉਹਦੀ ਆਪਣੀ ਜ਼ਿੰਦਗੀ ਹੈ ਤੇ ਕਿਹਾ ਇਸ ਦਾ ਮਤਲਬ ਹੈ ਕਿ ਸਿੱਧੂ ਮੂਸੇਵਾਲਾ ਅਗਰ ਕਿਸੇ ਨੂੰ ਬੁਰਾ ਲੱਗਦਾ ਸੀ ਤੇ ਕਿਹਾ ਇਹਦਾ ਮਤਲਬ ਹੈ ਕਿ ਉਸਨੇ ਉਸ ਦੀ ਜਾਨ ਦਾ ਦੁਸ਼ਮਣ ਬਣ ਗਿਆ ਅਗਰ ਕੋਈ ਕਿਸੇ ਨਾਲ ਕਿਸੇ ਦੀ ਦੁਸ਼ਮਣੀ ਹੋਵੇ ਜਾਨ ਇੱਕ ਦਫਾ ਮਿਲਦੀ ਏ ਦੁਬਾਰਾ ਜਾਨ ਕਿਸੇ ਨੂੰ ਕੋਈ ਨਹੀਂ ਮਿਲ ਸਕਦੀ ਨਾ ਕੋਈ ਦੇ ਸਕਦਾ ਹੈ ਇਸ ਵਾਸਤੇ ਮੇਰੇ ਦੋਸਤੋ ਮੇਰੇ ਬਜ਼ੁਰਗੋ ਮੇਰੇ ਚੰਨ ਮੇਰੇ ਮੱਖਣ ਮੇਰੀ ਮਲਾਈ ਮੇਰਾ ਪੈਗਾਮ ਹੈ ਕਿ ਤੁਸੀਂ ਕਿਸੇ ਦੀ ਜਾਨ ਦੇ ਦੁਸ਼ਮਣ ਨਾ ਬਣੋ ਦੁਸ਼ਮਣੀਆਂ ਲੱਖਾਂ ਹੁੰਦੀਆਂ ਨੇ ਇਨਸਾਨਾਂ ਦੀਆਂ ਇੱਕ ਦੂਸਰੇ ਨਾਲ ਹਸਦ ਬੁਗਸ ਬਣਾ ਸਭ ਕੁਝ ਚੱਲ ਜਾਂਦਾ ਹੈ ਮਗਰ ਮੇਰੇ ਦੋਸਤੋ ਮੇਰੇ ਬਜ਼ੁਰਗੋ ਜਿਤਨੀ ਉਹਨੇ ਆਪਣੇ ਕਿਸਾਨ ਭਰਾਵਾਂ ਵਾਸਤੇ ਆਵਾਜ਼ ਠਾਈ ਜਿਤਨੀ ਜਨਤਾ ਵਾਸਤੇ ਆਵਾਮ ਵਾਸਤੇ ਆਵਾਜ਼ ਠਾਈ ਕਿਸੇ ਦੇ ਹੱਕ ਲਈ ਆਵਾਜ਼ ਠਾਣਾ ਕੋਈ ਜੁਰਮ ਨਹੀਂ ਹੈ ਕੋਈ ਗੁਨਾਹ ਨਹੀਂ ਹੈ ਔਰ ਦੂਸਰਾ ਅਗਰ ਕੋਈ ਕਿਸੇ ਦਾ ਫਨ ਨਾਜੀ ਅੱਛਾ ਹੈ ਤੇ ਕਿਸੇ ਦੀ ਇੱਜ਼ਤ ਨੂੰ ਵੇਖ ਕੇ ਤੇ ਉੱਤੇ ਜਲਣਾ ਇਹ ਬਹੁਤ ਬੁਰਾ ਕੰਮ ਹੈ ਲੱਖਾਂ ਬੇਰ ਬੇਰੀ ਨੂੰ ਲੱਗਦੇ ਤੇ ਛੜ ਜਾਂਦੇ ਕਿ ਕੱਚੇ ਜਿਹੜੇ ਪੱਕਣ ਲਾਲ ਮੁਹੰਮਦ ਉਹ ਹੀ ਖਾਂਦੇ ਵਟੇ ਮਿੱਠਾ ਮੇਵਾ 베ਰੀ ਦੇਵੇ ਮੜਵੀ ਵਟੇ ਖਾਵੇ ਵੇਖ 베ਰੀ ਦਾ ਸਬਰ ਮੁਹੰਮਦ ਉਹ ਮੜਵੀ ਫਲ ਦੇ ਹੀ ਜਾਵੇ ਉੱਚਾ ਨਾਮ ਰਖਾਇਆ ਜਿਸਨੇ ਚੁੱਲੇ ਦੇ ਵਿੱਚ ਸੜਿਆ ਨੀਵਾ ਹੋ ਕੇ ਲੰਘ ਮੁਹੰਮਦ ਐਵੇਂ ਨਹੀਂ ਕੋਈ ਅੜਿਆ ਵਾਰਸ ਨਾ ਕਰਮਾਨ ਵਾਰਸਾਂ ਦਾ ਰੱਬ ਬੇਵਾਰਸ ਕਰ ਮਾਰਦਾਈ ਜਿਹੜੀਆਂ ਲੈ ਨੂੰ ਡਾਰੀਆਂ ਨਾਲ ਬਾਜ਼ਾਂ ਉਹ ਬੁਲਬੁਲਾ ਥੱਕ ਮਰੀਂ ਦੀਆਂ ਨੇ ਉਹ ਨਾ ਅਰਨੀਆਂ ਦੀ ਅਜਲਵਾਨ ਪੁੱਜੀ ਜਿਹੜੀਆਂ ਸ਼ੇਰ ਦੀ ਜੂ ਚੋਂ ਪਾਣੀ ਪੀਂਦੀਆਂ ਨੇ ਉਹ ਕੁਵਾਰੀਆਂ ਮੂਲ ਨਾ ਵਸਦੀਆਂ ਨੇ ਜਿਹੜੀਆਂ ਗਬਰੂਆਂ ਨਾਲ ਖੜੀਂਦੀਆਂ ਨੇ ਇਸ ਵਾਸਤੇ ਮੈਂ ਸਾਰੇ ਧਰਮਾਂ ਨੂੰ ਪੇਗਾਮ ਦੇਵਾਂਗਾ ਅਮਨ ਦੀ ਜ਼ਿੰਦਗੀ گزارੋ ਅਮਨ ਦੇ ਨਾਲ ਇੱਕ ਦੂਸਰੇ ਨਾਲ ਰਵੋ ਇੱਕ ਦੂਸਰੇ ਦੇ ਨਾਲ ਸਕੂਨ ਬਰਬਾਦ ਨਾ ਕਰੋ ਜਿੰਦ ਸشاد ਰਵੋ ਬਾਧ ਰਵੋ ਸਿੱਧੂ ਮੂਸੇਵਾਲੇ ਨੂੰ ਮੇਰੇ ਦੋਸਤੋ ਮੇਰੇ ਬਜ਼ੁਰਗੋ ਜਿਹੜੇ ਚਾਨ ਵਾਲੇ ਉਹਨਾਂ ਸਾਰਿਆਂ ਨਾਲ ਅਸੀਂ ਗਮ ਦਾ ਇਜ਼ਹਾਰ ਕਰਨੇ ਬਹੁਤ ਸ਼ੁਕਰੀਆ ਬismillah रहमान रहीम ਦੋਸਤੋ ਅਲਾਮਤ ਸਾਹਿਬ ਨੇ ਨਾ ਬਹੁਤ ਅੱਛਾ ਪੇਗਾਮ ਦਿੱਤਾ ਕਿ ਜਿਹੜਾ ਕੋਈ ਕਿਸੇ ਵੀ ਮਜ਼ਹਬ ਦਾ ਬੰਦਾ ਹੋਵੇ ਉਹਨੂੰ ਪਿਆਰ ਮੁਹੱਬਤ ਦੇਣਾ ਰਣਾ ਚਾਹੀਦਾ ਤੇ ਕਿਸੇ ਵੀ ਮਜ਼ਹਬ ਕਿਸੇ ਵੀ ਕੌਮ ਦੁਨੀਆ ਦੇ ਕਿਸੇ ਵੀ ਜਗ੍ਹਾ ਤੇ ਕਿਸੇ ਤੇ ਜ਼ੁਲਮ ਜ਼ਿਆਤੀ ਹੋਵੇ ਤੇ ਸਾਨੂੰ ਉਹਦੇ ਖਿਲਾਫ ਆਵਾਜ਼ ਉਠਾਣੀ ਚਾਹੀਦੀ ਹੈ ਸਾਨੂੰ ਉਹਨੂੰ ਬੁਰਾ ਕਹਿਣਾ ਚਾਹੀਦਾ ਕਿਉਂਕਿ ਇਨਸਾਨੀਅਤ ਅਸੀਂ ਇਨਸਾਨ ਤੇ ਹੈ ਨਾ ਮਜ਼ਹਬ ਸਾਡੇ ਸਾਡਾ ਵੱਖਰਾ ਵੱਖਰਾ ਹੈ ਲੇਕਿਨ ਸਾਰੇ ਅਸੀਂ ਇਨਸਾਨ ਹੀ ਹਾਂ ਦੂਸਰਾ ਸਾਨੂੰ ਸਾਡਾ ਕਿਸੇ ਨਾਲ ਜਿੰਨੀ ਮਰਜ਼ੀ ਬੁਗਜ਼ ਹੋਵੇ ਦੁਸ਼ਮਣੀ ਹੋਵੇ ਬੁਰਾ ਲੱਗਦਾ ਹੋਵੇ ਸਾਨੂੰ ਉਹਨੂੰ ਜਾਨ ਤੋਂ ਨਹੀਂ ਮਾਰਨਾ ਚਾਹੀਦਾ ਕਿਉਂਕਿ ਜਾਨ ਸਿਰਫ ਇੱਕ ਦਫਾ ਮਿਲਦੀ ਹੈ ਬਾਰ-ਬਾਰ ਨਹੀਂ ਮਿਲਦੀ ਕਿਸੇ ਨਾਲ ਹਸਦ ਕਰ ਲੋ ਕੋਈ ਹੋਰ ਕਰ ਲੋ ਲੇਕਿਨ ਕਿਸੇ ਨੂੰ ਜਾਨ ਤੋਂ ਨਾ ਮਾਰੋ ਇਹ ਮੇਰੀ तमाम ਦੋਸਤਾਂ ਨੂੰ ਅਪੀਲ ਹੈ ਦੇਖੋ ਸਿੱਧੂ ਮੂਸੇ ਵਾਲੇ ਨੂੰ ਤੁਸੀਂ ਮਾਰਤਾ ਉਹਦੇ ਵਾਰਦਨ ਦਾ ਉਹ ਸਹਾਰਾ ਸੀ ਉਹ ਦੁਬਾਰਾ ਨਹੀਂ ਆ ਸਕਦਾ ਦੁਨੀਆ ਦੇ ਕਿੰਨੇ ਲੋਕ ਉਹਦੀ ਵਜ੍ਹਾ ਤੋਂ ਗਮਜ਼ਦਵ ਹੈ ਕੋਈ ਕਿਸ ਕੋਈ ਉਹਦੇ ਗਾਣੇ ਸੁਣਦਾ ਸੀ ਕੋਈ ਉਹਦੀ ਅਛਾਈ ਤੋਂ ਕੋਈ ਵੈਸੇ ਹੀ ਕਿ ਯਾਰ ਇੱਕ ਚੰਗਾ ਬੰਦਾ ਸੀ ਉਹਦਾ ਕਤਲ ਕਰ ਦਿੱਤਾ ਗਿਆ ਦੇਖੋ ਅਲਾਮਾ ਸਾਹਿਬ ਕੋਈ ਉਹਨਾਂ ਦੇ ਗਾਣੇ ਤੇ ਨਹੀਂ ਨਾ ਸੁਣਦੇ ਅਲਾਮਾ ਸਾਹਿਬ ਨੂੰ ਵੀ ਇੱਕ ਤਕਲੀਫ ਹੈ ਵੇ ਕਿ ਯਾਰ ਇੱਕ ਚੰਗਾ ਚੰਗਾ ਨੌਜਵਾਨ ਸੀ ਤੇ ਉਹਦੇ ਨਾਲ ਐ ਕੀ ਕੀਤਾ ਜ਼ਾਲਮਾਂ ਨੇ ਤਾਂ ਕਿਸੇ ਦਾ ਘਰ ਬਰਬਾਦ ਨਹੀਂ ਕਰਨਾ ਚਾਹੀਦਾ ਇਹ ਇੱਕ ਇਨਸਾਨ ਦਾ ਜਿਹੜਾ ਕਤਲ ਹੈ ਉਹ ਪੂਰੀ ਇਨਸਾਨੀਅਤ ਦਾ ਕਤਲ ਹੈ ਇਸ ਕਰਕੇ ਸਾਨੂੰ ਆਪਣੀ ਦੁਸ਼ਮਣੀ ਵਿੱਚ ਇਸ ਹੱਦ ਤੱਕ ਅੱਗੇ ਨਹੀਂ ਵੜ ਜਾਣਾ ਚਾਹੀਦਾ ਆਪਣੀ ਨਫਰਤ ਦੇ ਵਿੱਚ ਕਿ ਅਸੀਂ ਕਿਸੇ ਦੀ ਜਾਨ ਨਹੀਂ ਲੈ ਲਈ ਮੇਰੇ ਵੀਰੋ ਤੁਸੀਂ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਣਾ ਕਿ ਤੁਹਾਡਾ ਇਸ ਬਾਰੇ ਕੀ ਰਾਏ ਹੈ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ